ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸੇਵਾ ਮਿਸ਼ਨ ਅਤੇ ਗਗਤਾ ਸਿਖਲਾਈ ਸੁਸਾਇਟੀ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਛੇਵਾਂ ਰਾਸ਼ਨ ਵੰਡ ਸਮਾਗਮ ਕੀਤਾ ਗਿਆ, ਜਿਸ ਦੇ ਵਿੱਚ ਵੱਧ ਤੋਂ ਵੱਧ ਸੰਗਤਾਂ ਨੇ ਯੋਗਦਾਨ ਪਾਇਆ। ਸੰਸਥਾ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਨੇ ਦੱਸਿਆ ਕਿ ਜੋ ਅਗਲਾ ਸੱਤਵਾਂ ਸਮਾਗਮ ਸੰਗਤਾਂ ਦੇ ਸਹਿਯੋਗ ਦੇ ਨਾਲ ਅਸੀਂ ਕਰਾ ਰਹੇ ਹਾਂ, ਉਸ ਵਿੱਚ ਲੋੜਵੰਦ ਬੀਬੀਆਂ ਨੂੰ ਸੂਟ ਦੇਵਾਂਗੇ ਅਤੇ ਜੋ ਸਾਡਾ ਸਹਿਯੋਗ ਨਾਲ ਦੀ ਰਹੇ ਨੇ ਸੇਵਾਦਾਰ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇ। ਕਰਤਾਰ ਸਿੰਘ ਗੱਤਕਾ ਮਾਸਟਰ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਸੇਵਾ ਮਿਸ਼ਨ ਅਤੇ ਗੱਤਕਾ ਸਿਖਲਾਈ ਸੁਸਾਇਟੀ ਵੱਲੋਂ ਔਰ ਸੰਗਤ ਦੇ ਸੰਯੋਗ ਦੇ ਨਾਲ ਸੇਵਾ ਸਮਾਗਮ ਅੱਜ ਜਿਹੜਾ ਕੀਤਾ ਜਾ ਰਿਹਾ, ਬਹੁਤ ਸੰਗਤਾਂ ਸੰਯੋਗ ਦੇ ਰਹੀਆਂ ਸਾਡਾ, ਅਤੇ ਇਸ ਵੇਲੇ ਜਿਹੜੇ ਸਾਡੇ ਵਿੱਚ ਕਰਨਵੀਰ ਸਿੰਘ ਖਾਲੜਾ ਜੀ, ਹੋਰ ਭੈਣ ਭਰਾ ਸਾਡੇ ਇਲਾਕਾ ਨਿਵਾਸੀਏ ਹਰ ਤਰ੍ਹਾਂ ਦਾ ਸਾਡਾ ਸਾਥ ਦੇ ਰਹੇ ਆ, ਤਾਂ ਕਿ ਸੰਗਤਾਂ ਦੇ ਸੰਯੋਗ ਦੇ ਨਾਲ ਜਿਹੜਾ ਉਪਰਾਲਾ ਚੱਲਣ ਦਾ ਛੇਵਾਂ ਅਤੇ ਸੱਤਵਾਂ ਸਮਾਗਮ ਜਿਹੜਾ ਕਰ ਰਹੇ ਹਾਂ ਜਿਹੜਾ ਅਗਲਾ, ਉਹ ਸਾਰੀਆਂ ਭੈਣਾਂ ਨੂੰ ਔਰ ਬੀਬੀਆਂ ਨੂੰ ਔਰ ਆਪਣੀਆਂ ਧੀਆਂ ਨੂੰ ਸਾਰਿਆਂ ਨੂੰ ਸੂਟ ਵੰਡੇ ਜਾਣਗੇ, ਅਤੇ ਜਿੰਨੇ ਭੈਣ ਭਰਾ ਜਿਹੜੇ ਸੇਵਾਦਾਰ ਜਿਹੜੇ ਪਹੁੰਚਾ ਰਹੇ ਆ ਉਹਨਾਂ ਨੂੰ ਸਾਰਿਆਂ ਨੂੰ ਸੱਦ ਕੇ ਉਹਨਾਂ ਸਨਮਾਨਿਤ ਕੀਤਾ ਜਾਊਗਾ। ਇੰਨਾ ਹੀ ਕਹਿੰਦਾ ਹੋਇਆ ਖੇਵਾਂ ਦਾ ਜਾਚਕਿਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀਤਾ ਹੈ ਸਰਦਾਰ ਕਰਤਾਰ ਸਿੰਘ, ਕਰਨਜੀਤ ਸਿੰਘ ਖਾਲੜਾ, ਇਸੇ ਤਰ੍ਹਾਂ ਹੀ ਸਾਰੇ ਲੋਕ ਸੇਵਾ ਕਰਦੇ ਰਹਿਣ ਅਤੇ ਸੇਵਾ ਦੇ ਨਾਲ ਹੀ ਇਹ ਮਿਸ਼ਨ ਚੱਲਦਾ ਰਹੇ। ਇੰਨਾ ਹੀ ਕਹਿੰਦਾ ਹੋਇਆ ਖੇਵਾਂ ਦਾ ਜਾਚਕ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ। ਇਸ ਸਮੇਂ ਸਰਦਾਰ ਜਗਤਾਰ ਸਿੰਘ ਗਗਤਾ ਮਾਸਟਰ, ਚਰਨਜੀਤ ਸਿੰਘ, ਨਿਰਮਲਜੀਤ ਸਿੰਘ, ਸਰਦਾਰ ਕੁਲਵੰਤ ਸਿੰਘ, ਸਰਦਾਰ ਹਰਮਨਜੋਤ ਸਿੰਘ, ਦੀਦਾਰ ਸਿੰਘ, ਸੁਖਵੰਤ ਸਿੰਘ, ਅਜੀਤ ਸਿੰਘ, ਪਰਮਜੀਤ ਸਿੰਘ, ਫਤਿਹ ਸਿੰਘ, ਨਵਜੋਤ ਸਿੰਘ, ਜਗਜੀਤ ਸਿੰਘ, ਧਰਮ ਸਿੰਘ, ਕਰਮਜੀਤ ਸਿੰਘ ਖਾਲੜਾ, ਨੇਪਾਲੀ ਚੌਧਰੀ ਜੀ ਆਦਿ ਹਾਜ਼ਰ ਸਨ। ਸੋਨੂੰ ਖਾਨਕੋਟ ਅਤੇ ਬਲਜੀਤ ਸਿੰਘ ਖਾਲਸਾ ਦੀ ਰਿਪੋਰਟ, ਪੰਜਾਬੀ ਐਕਟਿਵ ਟੀ ਵੀ।